ਭਾਰਤ ਦੇ ਵਿੱਚ ਕਰੋਨਾ ਪੋਜ਼ਿਟਿਵ ਵਿਅਕਤੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਗਿਣਤੀ 82103 ਹੋ ਗਈ ਹੈ ਅਤੇ ਹੁਣ ਤੱਕ 2649 ਵਿਅਕਤੀ ਕਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਪੰਜਾਬ ਦੇ ਵਿੱਚ ਵੀ ਇਹ ਗਿਣਤੀ ਕਰੀਬ 2000 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 32 ਲੋਕ ਆਪਣੀ ਜਾਨ ਗਵਾ ਚੁੱਕੇ ਹਨ ਕਰੋਨਾ ਦੇ ਬਾਵਜੂਦ ਪੰਜਾਬ ਦੇ ਵਿੱਚ ਹਿੰਸਕ ਘਟਨਾਵਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਗੱਲ ਕਰੀਏ ਸਮਰਾਲਾ ਦੀ ਤਾਂ ਇਥੋਂ ਦੇ ਨੇੜਲੇ ਪਿੰਡ ਕਟਾਣੀ ਦੇ ਪੱਠੇ ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਦੀ 6 ਸਾਲਾਂ ਦੀ ਬੱਚੀ ਨਾਲ ਗੁਆਣਚ ਹੀ ਰਹਿੰਦੇ ਇੱਕ 35 ਸਾਲਾ ਵਿਅਕਤੀ ਨੇ ਜਬਰਜਨਾਹ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੀੜਤ ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਗੱਲ ਕਰੀਏ ਦੌਰਾਹਾ ਦੀ ਤਾਂ ਇਥੋਂ ਦੇ ਨੇੜਲੇ ਪਿੰਡ ਬੁਆਣੀ ਵਿੱਚ ਮਾਮੂਲੀ ਤਕਰਾਰ ਕਾਰਨ ਨੌਜਵਾਨ ਨੇ ਆਪਣੀ ਮਾਂ ਨੂੰ ਜਾਨੋਂ ਮਾਰ ਦਿੱਤਾ। ਥਾਣਾ ਦੌਰਾਹਾ ਦੇ ਐਸਐਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੁਆਣੀ ਦੀ ਪ੍ਰਕਾਸ਼ ਕੌਰ ਜੋ ਕਿ 70 ਸਾਲਾ ਬਜ਼ੁਰਗਔਰਤ ਹੈ ਉਸਦੇ ਪੁੱਤਰ ਗੁਰਦੀਪ ਸਿੰਘ ਨੇ ਉਸ ਦੀ ਹਤਿਆ ਕਰ ਦਿੱਤੀ ਹੈ। ਮੁਲੋਟ ਦੀ ਗੱਲ ਕਰੀਏ ਤਾਂ ਇਥੋਂ ਦੇ ਨੇੜਲੇ ਪਿੰਡ ਔਲਖ ਵਿੱਚ ਇਕੱਠੇ ਰਹਿੰਦੇ ਦੋ ਸਕੇ ਭਰਾਵਾਂ ਵਿਚਾਲੇ ਕਈ ਮਹੀਨਿਆਂ ਤੋਂ ਚੱਲ ਰਹੀ ਤਲਖੀ ਕਾਰਨ ਵੱਡੇ ਭਰਾ ਨਗੇਂਦਰ ਸਿੰਘ ਨੇ ਆਪਣੇ ਛੋਟੇ ਭਰਾ ਤਲਵਿੰਦਰ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਕਾਰਨ ਤਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਸਦਰਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ਤੇ ਨਗੇਂਦਰ ਸਿੰਘ ਹੈਪੀ ਅਤੇ ਉਸ ਦੀ ਪਤਨੀ ਗਗਨਦੀਪ ਕੌਰ ਖਿਲਾਫ 302 ਤੇ 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਤੋਂ ਉਪਰੰਤ Laash ਵਾਰਸਾਂ ਨੂੰ ਸੌਂਪ ਦਿੱਤੀ ਹੈ। ਗੱਲ ਕਰੀਏ ਪਾਤਰਾਂ ਦੀ ਤਾਂ ਪਿੰਡ ਹਰਿਆਉਂ ਖੁਰਦ ਚ ਬੀਤੀ ਰਾਤ ਭੇਡਾਂ ਬੱਕਰੀਆਂ ਚਾਰਨ ਵਾਲੇ ਨੌਜਵਾਨ 18 ਸਾਲਾ ਸੁਖਚੈਨ ਸਿੰਘ ਦਾ ਕਿਰਚ ਨੁਮਾ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪਾਤਰਾਂ ਦੇ ਡੀਐਸਪੀ ਦਲਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਇੱਕ ਸ਼ੱਕੀ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਦੋਵੇਂ ਨੌਜਵਾਨਾਂ ਚ ਪਾਲਲੇ ਗੇ ਕਬੂਤਰਾਂ ਨੂੰ ਉਡਾਉਣ ਨੂੰ ਲੈ ਕੇ ਰੰਜਿਸ਼ ਚੱਲੀ ਆ ਰਹੀ ਸੀ ਗੱਲ ਕਰੀਏ ਲੁਧਿਆਣਾ ਦੀ ਤਾਂ ਇੱਥੋਂ ਦੇ ਬਸਤੀ ਜੋਧੇਵਾਲ ਇਲਾਕੇ ਚ ਬੁੱਧਵਾਰ ਦੇ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗ੍ਰਿਸ਼ ਕੁਮਾਰ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪੁੱਤਰ ਦਾ ਬਚਾਅ ਕਰਨ ਲਈ ਜਦੋਂ ਪਿਤਾ ਜੋਗਿੰਦਰ ਅੱਗੇ ਆਏ ਤਾਂ ਮੁਲਜ਼ਮਾ ਨੇ ਉਹਨਾਂ ਤੇ ਵੀ ਗੋਲੀਆਂ ਵਾਰਾ ਦਿੱਤੀਆਂ ਲੋਕਾਂ ਨੇ ਦੋਵੇਂ ਪਿਓ ਪੁੱਤਰ ਨੂੰ ਡੀ ਐਮਸੀ ਹਸਪਤਾਲ ਪਹੁੰਚਾਇਆ ਜਿੱਥੇ ਗਰੀਸ਼ ਕੁਮਾਰ ਦੀ ਮੌਤ ਹੋ ਗਈ ਜਦਕਿ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਰੀਸ਼ ਅਤੇ ਉਸਦੇ ਚਾਚੇ ਵਿਚਕਾਰ ਘਰੇਲੂ ਗੱਲਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿੱਥੇ ਇੱਕ ਪਾਸੇ ਭਾਰਤ ਜਾਂ ਪੰਜਾਬ ਕਰੋਨਾ ਨਾਲ ਲੜ ਰਿਹਾ ਹੈ ਉੱਥੇ ਹੀ ਇਹ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ